ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗਤ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜਿਹੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦਿਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ
ਕਿਣਕੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ ਇੱਕ ਤੇਰੀ ਦੀ, ਦੋ ਤੇਰੀਆਂ ਦੀ, ਪੰਜ ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ, ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੀਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ
ਗੁਰੂ ਰਾਮਦਾਸ ਬਾਪੂ ਜੀ ਨੇ ਆਪਣਾ ਤਰਸ ਕੀਤਾ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣਾ ਤਰਸ ਕੀਤਾ, ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਇਸ ਸਥਾਨ ਤੇ ਕੁਝ ਕੁ ਪਰਿਵਾਰਕ ਮੈਂਬਰ ਆਪਾਂ ਇਕੱਤਰਿਤ ਹੋਏ ਹਾਂ ਔਰ ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਦਾ ਚੈਨਲ, ਤਿੰਨੇ ਚੈਨਲਾਂ ਦੇ ਮਾਧਿਅਮ ਰਾਹੀਂ ਬੇਅੰਤ ਪਰਿਵਾਰਕ ਮੈਂਬਰ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ, ਨਗਰਾਂ ਪਿੰਡਾਂ ਸ਼ਹਿਰਾਂ 'ਚ ਇਕੱਤਰਿਤ ਹੋਏ ਔਰ ਹੋ ਰਹੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ। ਯੂਟਿਊਬ ਦਾ ਲਿੰਕ ਸਭ ਤੱਕ ਪਹੁੰਚ ਚੁੱਕਿਆ ਹੈ ਔਰ ਮੇਰੀ ਨਿਮਰਤਾ ਸਹਿਤ ਬੇਨਤੀ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ ਔਰ ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਕਿਰਪਾ ਕਰਕੇ ਕਰ ਲਓ। ਵੱਧ ਤੋਂ ਵੱਧ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜੋ, ਵੱਡਾ ਪੁੰਨ ਕਮਾਓ। ਅੱਗੇ ਤੋਂ ਅੱਗੇ ਇਹ ਸਮਾਗਮ ਸ਼ੇਅਰ ਕਰੋ ਜੀ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਹੋਈ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ, ਚਰਨਾਂ 'ਚ ਬਾਬਾ ਦੀਪ ਸਿੰਘ ਸਾਹਿਬ ਬੈਠੇ, ਅਤੇ ਆਓ 7-8 ਮਿੰਟ ਪਹਿਲੇ ਵਾਹਿਗੁਰੂ ਗੁਰਮੰਤਰ ਦਾ ਜਾਪ ਸਾਰੀ ਸੰਗਤ ਰਲ ਮਿਲ ਕੇ ਕਰੀਏ। ਵਾਹਿਗੁਰੂ ਦੀਨ ਦਇਆ
Guru, 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 Gu
ਵਾਹਿਗੁਰੂ 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 ਜਿਹੜਾ ਜਿੱਥੇ ਜਿੱਥੇ ਬੈਠਾ ਵਾਹ ਚੜ ਜਾਓ ਵਾਹਿਗੁਰੂ 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 ਜ਼ਰੂਰੀ ਬੇਨਤੀਆਂ ਕਰਦੇ ਹਾਂ ਕਰੀਏ ਫਿਰ ਸ਼ਬਦ ਪੜ੍ਹਾਂਗੇ ਉਸ ਤੋਂ ਪਹਿਲਾਂ ਫਿਰ ਮੈਂ ਬੇਨਤੀ ਦੁਹਰਾਵਾਂ ਜਿਹੜੇ ਜਿਹੜੇ ਪ੍ਰੇਮੀਆਂ ਨੇ ਅਜੇ ਤੱਕ ਲਿੰਕ ਸ਼ੇਅਰ ਨਹੀਂ ਕੀਤਾ ਯੂਟਿਊਬ ਦਾ ਜਿਹੜੇ ਘਰਾਂ 'ਚ ਬੈਠੇ ਸੁਣ ਰਹੇ ਸੇਵਾ 'ਚ ਹਿੱਸਾ ਪਾਓ ਟੁੱਟਿਆਂ ਨੂੰ ਜੋੜਨ ਦੀ ਸੇਵਾ 'ਚ ਹਿੱਸਾ ਪਾਓ ਹੋਰਨਾਂ ਨੂੰ ਲਗਨ ਲਗਾਉਣ ਦੇ ਵਿੱਚ ਹਿੱਸਾ ਪਾਓ ਵੱਧ ਤੋਂ ਵੱਧ ਇਹ ਸਮਾਗਮ ਸ਼ੇਅਰ ਕਰੋ ਔਰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਹ ਬੇਨਤੀ ਹੈ ਆਓ ਪਹਿਲੀ ਬੇਨਤੀ ਆਖੋ ਧੰਨ ਗੁਰੂ ਰਾਮਦਾਸ ਜੀ ਜੀਵਨ ਨਾ ਤੇ ਭਵਿੱਖ ਵਿੱਚ ਹੈ ਨਾ ਹੀ ਅਤੀਤ ਵਿੱਚ
ਫਿਰ ਮੈਂ ਦੁਹਰਾ ਰਿਹਾ, ਜੀਵਨ ਨਾ ਹੀ ਭਵਿੱਖ ਵਿੱਚ ਨਾ ਹੀ ਅਤੀਤ ਵਿੱਚ ਜੀਵਨ ਹੈ। ਭਵਿੱਖ ਅਜੇ ਆਇਆ ਨਹੀਂ, ਉਹਦਾ ਪਤਾ ਕੋਈ ਨਹੀਂ, ਅਤੀਤ ਬੀਤ ਚੁੱਕੇ ਆ, ਹੱਥ ਆਉਣਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਜੀਵਨ ਨਾ ਤੇ ਭਵਿੱਖ ਵਿੱਚ ਨਾ ਅਤੀਤ ਵਿੱਚ, ਜੀਵਨ ਤੇ ਪਿਆਰੇ ਉਹ ਬਸ ਇਸ ਪਲ ਵਿੱਚ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਜਿਹੜਾ ਪਲ ਇਸ ਵੇਲੇ ਅਸੀਂ ਜੀ ਰਹੇ ਹਾਂ ਨਾ, ਜੀ ਰਹੇ, ਇਹਦੇ ਵਿੱਚ ਜੀਵਨ ਹੈ, ਵਰਤਮਾਨ ਦੇ ਵਿੱਚ ਜੀਵਨ ਹੈ, ਇਸ ਪਲ ਦਾ ਅਨੁਭਵ ਹੀ ਜੀਵਨ ਹੈ। ਜਿਹੜਾ ਅਸੀਂ ਇਸ ਵੇਲੇ ਪਲ ਮਾਣ ਰਹੇ ਹਾਂ ਨਾ, ਅਸਲੀ ਜੀਵਨ ਹੈ। ਭਵਿੱਖ ਦਾ ਪਤਾ ਕੋਈ ਨਹੀਂ, ਅਤੀਤ ਹੱਥ ਚੋਂ ਨਿਕਲ ਚੁੱਕੇ ਆ, ਪਰ ਅਸਲੀਅਤ ਦੇ ਵਿੱਚ ਇਸ ਪਲ ਦੇ ਵਿੱਚ ਜਿਉਣਾ ਹੀ ਜੀਵਨ ਹੈ, ਇਸ ਪਲ ਦਾ ਅਨੁਭਵ ਲੈਣਾ ਹੀ ਜੀਵਨ ਹੈ। ਅਨੁਭਵ ਲੈਣਾ ਤੇ ਜਿੰਨਾ ਹੋਵੇ, ਜਿਹੜਾ ਪਲ ਪਰਮੇਸ਼ਰ ਨੇ ਤੁਹਾਨੂੰ ਦਿੱਤਾ ਨਾ, ਖੁੱਲ ਕੇ ਜੀਵੋ, ਖੁੱਲ ਕੇ। ਖੁੱਲ ਕੇ ਜਿਉਣਾ ਇਹ ਨਹੀਂ ਹੁੰਦਾ ਕਿ ਗੁਰਮਤ ਤੋਂ ਉਲਟ ਕੰਮ ਕਰਨੇ, ਉਹ ਖੁੱਲ ਕੇ ਜੀਣਾ ਨਹੀਂ। ਖੁੱਲ ਕੇ ਜਿਉਣ ਦਾ ਮਤਲਬ ਕੀ ਹੈ, ਗੁਰਮਤ ਦੀ ਰੋਸ਼ਨੀ ਦੇ ਵਿੱਚ ਜੋ ਜੋ ਬਾਪੂ ਨੇ ਤੈਨੂੰ ਕਿਹਾ ਨਾ, ਉਦਾਂ ਖੁੱਲ ਕੇ ਜੀ। ਬਾਪੂ ਨੇ ਸਾਡੇ ਤੇ ਪਾਬੰਦੀਆਂ ਨਹੀਂ ਬਹੁਤੀਆਂ ਲਾਈਆਂ, ਬਾਪੂ ਨੇ ਕਿਰਤ ਥੋੜੀ ਛਡਾਈ। ਬਾਪੂ ਕਹਿੰਦਾ ਕਰ ਢਾਈ ਘੰਟੇ ਮੇਰੇ ਲਈ ਕੱਢ ਖੁੱਲ ਕੇ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਬਾਪੂ ਨੇ ਕਾਰੋਬਾਰ ਨਹੀਂ ਛਡਵਾਏ, ਕਿਰਤ ਨਹੀਂ ਛਡਵਾਈ। ਬਾਪੂ ਕਹਿੰਦਾ ਡਟ ਡਟ ਕੇ ਮਿਹਨਤ ਕਰ ਆਪਣੀ ਫੀਲਡ ਦੇ ਵਿੱਚ ਪਿਆਰਿਆ, ਪਰ ਦਸਵਾਂ ਹਿੱਸਾ ਮੇਰੇ ਨਿਮਿਤ ਕੱਢਦਾ ਜਾਈ, ਬਾਕੀ ਹਿੱਸਿਆਂ ਦੀ ਜਿਵੇਂ ਤੂੰ ਵਰਤੋਂ ਕਰਨੀ ਕਰ ਸਕਦਾ, ਪਰ ਦਸਵਾਂ ਹਿੱਸਾ ਮੇਰੇ ਲਈ ਕੱਢਣਾ ਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਖੁੱਲ ਕੇ ਜੀਆ ਕਰੋ। ਔਰ ਮਹਾਰਾਜ ਨੇ ਇੰਨਾ ਸਾਨੂੰ ਖੁੱਲ ਕੇ ਜੀਉਣਾ ਸਿਖਾਇਆ, ਦਿਮਾਗ ਦੇ ਉੱਤੋਂ ਸਾਡੇ ਬੋਝ ਉਤਾਰੇ ਨੇ ਸਤਿਗੁਰਾਂ ਨੇ, ਬੋਝ ਉਤਾਰੇ ਨੇ, ਬੋਝ ਲਾਏ ਨੇ, ਪਾਏ ਨਹੀਂ। ਜਿਹੜੇ ਅਸੀਂ ਵਹਿਮਾਂ ਭਰਮਾਂ ਦੇ ਬੋਝਾਂ 'ਚ ਫਿਰਦੇ ਸਾਂ, ਪਹਿਲੇ ਹੋਰ ਕਈ ਪਖੰਡਾਂ ਦੇ ਬੋਝਾਂ 'ਚ ਫਿਰਦੇ ਸਾਂ, ਸਤਿਗੁਰਾਂ ਨੇ ਸਾਰੇ ਬੋਝ ਲਾ ਕੇ ਪਰੇ ਸੁੱਟ ਦਿੱਤੇ। ਖੁੱਲ ਕੇ ਜੀ ਮੇਰੇ ਸਿੱਖਾ, ਖੁੱਲ ਕੇ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ ਸੁਣ ਲਓ, ਇਹ ਵੀ ਬੜੀ ਕੰਮ ਆਏਗੀ। ਕਈ ਬੰਦਿਆਂ ਦਾ ਨਾ ਸਵਾਰਥੀ ਜੀਵਨ ਹੁੰਦਾ, ਸਵਾਰਥੀ ਜੀਵਨ, ਬਸ ਆਪਣੇ ਲਈ, ਆਪਣੇ ਲਈ, ਆਪਣੇ ਲਈ। ਦੂਜਿਆਂ ਦਾ ਨੁਕਸਾਨ ਹੁੰਦਾ ਹੋ ਜੇ ਕੋਈ ਟੈਨਸ਼ਨ ਨਹੀਂ। ਮੇਰੀ ਬੇਨਤੀ ਹੈ, ਸਵਾਰਥ ਸੰਸਾਰ ਦਾ ਇਹੋ ਜਿਹਾ ਖੂਹ ਹੈ ਜਿਹਦੇ ਵਿੱਚ ਡਿੱਗ ਕੇ ਨਿਕਲਣਾ ਬੜਾ ਹੀ ਔਖਾ ਹੁੰਦਾ ਹੈ। ਕਦੀ ਵੀ ਸਵਾਰਥੀ ਨਾ ਬਣੋ, ਇਕੱਲਾ ਆਪਣੇ ਬਾਰੇ ਨਾ ਸੋਚੋ, ਨਹੀਂ ਕਦੀ ਨਹੀਂ ਸਵਾਰਥੀ ਨਹੀਂ ਬਣਨਾ। ਜੇ ਸਵਾਰਥੀ ਬਣਨ ਬਾਰੇ ਸਤਿਗੁਰਾਂ ਨੇ ਸਾਨੂੰ ਪ੍ਰੇਰਨਾ ਕੀਤੀ ਹੁੰਦੀ ਤੇ ਕਦੀ ਵੀ ਅਸੀਂ ਅਰਦਾਸ ਵਿੱਚ ਇਹ ਨਹੀਂ ਸੀ ਕਹਿਣਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਨੂੰ ਸਵਾਰਥੀ ਨਹੀਂ ਬਣਾਇਆ। ਸਵਾਰਥ ਇੱਕ ਇਹੋ ਜਿਹਾ ਖੂਹ ਹੈ ਸੰਸਾਰ ਦਾ ਜਿਹਦੇ ਵਿੱਚ ਡਿੱਗ ਕੇ ਨਿਕਲਣਾ ਬੜਾ ਹੀ ਔਖਾ ਹੋ ਜਾਂਦਾ ਹੈ। ਸਵਾਰਥੀ ਨਾ ਬਣ। ਕਾਂ ਇੱਕ ਸਵਾਰਥੀ ਪੰਛੀ ਹੈ, ਸਵਾਰਥੀ ਪੰਛੀ ਕਦੀ ਕਿਸੇ ਦੀਆਂ ਸੀਸਾਂ ਨਹੀਂ ਲੈਂਦਾ, ਜਿੱਥੇ ਵੀ ਬਹਿੰਦਾ ਲੋਕੀ ਡਾ ਦਿੰਦੇ ਨੇ, ਕਾਰਨ ਕੀ ਸਵਾਰਥੀ ਹੈ। ਚਿੜੀਆਂ 8-10 ਬੈਠੀਆਂ, ਹੁਣ ਕੁਝ ਖਾਂਦੀਆਂ, ਹੁਣ ਇਕੱਲਾ ਹੀ ਆਉਂਦਾ ਸਭ ਨੂੰ ਡਾ ਦਿੰਦਾ। ਪੰਛੀ ਆ ਵਾਹਿਗੁਰੂ, ਕਿਸੇ ਜਾਨਵਰ ਦੀ ਪਿੱਠ ਦੇ ਉੱਤੇ ਕੋਈ ਜ਼ਖਮ ਹੋਇਆ ਹੋਵੇ, ਉਹਦੀ ਪਿੱਠ ਦੇ ਉੱਤੇ ਬਹਿ ਕੇ ਉਹਦੇ ਜ਼ਖਮ ਨੂੰ ਨੋਚਦਾ,
ਜਾਨਵਰ ਦੁਖੀ ਹੁੰਦਾ ਪਰ ਇਹਨੂੰ ਆਨੰਦ ਆਉਂਦਾ, ਸਵਾਰਥੀ ਹੈ, ਇਸੇ ਕਰਕੇ ਕੋਈ ਇਹਦੀ ਕਦਰ ਨਹੀਂ ਕਰਦਾ। ਜਿੱਥੇ ਬੋਲਣ ਲੱਗੇ ਕਾਂ ਕਾਂ ਕਰਨ ਲੱਗੇ ਲੋਕੀ ਡਾ ਦਿੰਦੇ ਨੇ। ਕਦੀ ਵੀ ਸਵਾਰਥੀ ਬੰਦਾ ਗੁਰੂ ਦੀ ਖੁਸ਼ੀ, ਸ਼ਹੀਦ ਸਿੰਘਾਂ ਦੀ ਖੁਸ਼ੀ, ਸੰਗਤ ਦੀ ਖੁਸ਼ੀ ਨਹੀਂ ਲੈ ਸਕਦਾ, ਸਵਾਰਥੀ ਨਹੀਂ ਬਣਦਾ। ਜੋ ਹੈ ਤੇਰੇ ਕੋਲ, ਭਾਵੇਂ ਉਹ ਗਿਆਨ ਹੈ, ਭਾਵੇਂ ਉਹ ਚੰਗੇ ਗੁਣ ਨੇ, ਭਾਵੇਂ ਉਹ ਮਾਇਆ, ਭਾਵੇਂ ਕੋਈ ਵੀ ਚੀਜ਼, ਉਹਨੂੰ ਅੱਗੇ ਵੰਡ ਵੰਡ। ਮੈਂ ਫਿਰ ਦੁਹਰਾ ਰਿਹਾ, ਵੰਡਣ ਮਤਲਬ ਇਹ ਨਹੀਂ ਕਿ ਮਾਇਆ ਤੇਰੇ ਕੋਲ ਲੁਟਾਈ ਜਾਣੀ, ਨਹੀਂ, ਦਸਵਾਂ ਹਿੱਸਾ ਕੱਢ, ਚੰਗੇ ਕੰਮਾਂ ਤੇ ਲਾਈ ਜਾ। ਗੁਰੂ ਨੇ ਕੋਈ ਗੁਣ ਦਿੱਤਾ, ਕੀਰਤਨ ਦਾ ਕੋਈ ਸਿਖਾ ਸਿਖਾ, ਸਵਾਰਥੀ ਨਾ ਬਣ ਕੇ ਮੇਰੀ ਬੁਕਤ ਪੈਣੀ ਚਾਹੀਦੀ, ਆ ਚੀਜ਼ ਬਸ ਮੇਰੇ ਕੋਲ ਚਾਹੀਦੀ, ਨਹੀਂ, ਇਹਦੇ ਨਾਲ ਫਿਰ ਕਦੀ ਕਿਸੇ ਦੀ ਅਸੀਸ ਨਹੀਂ ਤੂੰ ਲੈ ਸਕੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਪਿਓਰ ਨਾ ਲਖੋ ਨੇ ਜੀ, ਧੰਨ ਬਾਬਾ। ਅਗਲੀ ਗੱਲ ਵੀ ਬੜੀ ਤੁਹਾਨੂੰ ਕੰਮ ਆਉਣ ਵਾਲੀ ਹੈ। ਜਿੰਨੇ ਘਰਾਂ ਚ ਬੈਠੇ ਵੀ ਸੁਣਦੇ ਹੋ ਨਾ, ਮੇਰੀ ਬੇਨਤੀ ਹੈ, ਇਹ ਗੱਲਾਂ ਵਾਰ ਵਾਰ ਰਿਪੀਟ ਕਰ ਕਰਕੇ ਸੁਣਿਓ, ਬੜਾ ਭਲਾ ਹੋਏਗਾ ਤੁਹਾਡਾ ਵੀ, ਤੁਹਾਡੇ ਪਰਿਵਾਰਾਂ ਦਾ ਵੀ। ਚਾਹੇ ਤੁਹਾਡੇ ਅੰਦਰ ਕਿੰਨੀ ਵੀ ਯੋਗਤਾ ਕਿਉਂ ਨਾ ਹੋਵੇ, ਮੰਨ ਲਓ ਮੇਰੇ ਅੰਦਰ ਬੜੀ ਯੋਗਤਾ, ਮੈਂ ਬੜੇ ਕੰਮ ਕਰ ਸਕਦਾ, ਮੇਰੇ ਅੰਦਰ ਕਪੈਸਿਟੀ ਹੈ, ਯੋਗਤਾ ਹੈ, ਮੈਂ ਬੜੇ ਕੰਮ ਕਰ ਸਕਦਾ। ਤੁਹਾਡੇ ਅੰਦਰ ਭਾਵੇਂ ਕਿੰਨੀ ਵੀ ਯੋਗਤਾ ਕਿਉਂ ਨਾ ਹੋਵੇ, ਪਰ ਕੇਵਲ ਇਕਾਗਰ ਚਿੱਤ ਹੋ ਕੇ ਹੀ ਤੁਸੀਂ ਕੋਈ ਮਹਾਨ ਕੰਮ ਕਰ ਸਕਦੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਯੋਗਤਾ ਤੁਹਾਡੇ ਅੰਦਰ ਬਹੁਤ ਹੈ ਕੰਮ ਕਰਨ ਦੀ, ਆਹ ਵੀ ਕਰਨਾ, ਉਹ ਵੀ ਕਰਨਾ, ਪਰ ਮਹਾਨ ਕੰਮ ਉਦੋਂ ਹੀ ਹੋਣਗੇ ਜਦੋਂ ਤੁਸੀਂ ਇਕਾਗਰ ਚਿੱਤ ਹੋ ਕੇ ਕੁਝ ਸਮਾਂ ਬੈਠੋਗੇ, ਤਾਂ ਹੀ ਕਿਰਪਾ ਵਰਤਣੀ ਹੈ। ਆ ਇਕਾਗਰ ਚਿੱਤ ਹੋ ਕੇ ਬੈਠੇ ਹਾਂ ਨਾ ਹੁਣ ਸੰਗਤ ਚ, ਹੈਂਜੀ, ਜਦੋਂ ਇਦਾਂ ਵਾਰ ਵਾਰ ਇਕਾਗਰ ਚਿੱਤ ਹੋ ਕੇ ਸੰਗਤ ਚ ਬਹਿ ਜਾਓ, ਘਰ ਅੰਮ੍ਰਿਤ ਵੇਲੇ ਉੱਠ ਕੇ ਬਹਿ ਜਾਓ, ਕੱਲਿਆਂ 10 ਮਿੰਟ ਸਮਾਂ ਮਿਲਿਆ, ਚੁੱਪ ਚੁਪੀਤੇ ਕੁੰਡੀ ਲਾ ਲਈ, ਉਹ 10 ਮਿੰਟ ਦਾ ਸਮਾਂ ਤੁਹਾਡਾ ਤੇ ਬਾਬਾ ਦੀਪ ਸਿੰਘ ਦਾ, ਇੱਦਾਂ ਕਰ ਲਿਆ ਕਰੋ, ਪਤਾ 10 ਮਿੰਟ ਮੈਨੂੰ ਕਿਸੇ ਨੇ ਮਿਲਣਾ ਨਹੀਂ ਇਹ ਵੇਲੇ, ਫਾਲਤੂ ਕੰਮ ਕਰਨ ਦੀ ਜਗ੍ਹਾ ਕਿਉਂ ਨਾ ਹੋਵੇ, ਮੈਂ ਆਪਣੇ ਅੰਦਰ ਵੜਨ ਦੀ ਕੋਸ਼ਿਸ਼ ਕਰਾਂ, ਮੈਂ ਅੰਦਰ ਜਾਣ ਦੀ ਕੋਸ਼ਿਸ਼ ਕਰਾਂ, ਕਿਉਂ ਨਾ ਹੋਵੇ ਮੈਂ ਆਪਣੀ ਇਕਾਗਰਤਾ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰਾਂ। 10 ਮਿੰਟ ਤੋਂ ਸ਼ੁਰੂਆਤ ਕਰ ਲਓ, ਮੈਂ ਕਹਿੰਦਾ ਏਡੇ ਏਡੇ ਸੋਹਣੇ ਰਿਜ਼ਲਟ ਨਿਕਲਣਗੇ, ਏਡੇ ਏਡੇ ਮਹਾਨ ਕੰਮ ਤੁਸੀਂ ਕਰਨ ਲੱਗ ਪੋਗੇ ਜਿਹੜੇ ਕਦੀ ਸੁਪਨੇ 'ਚ ਵੀ ਨਾ ਸੋਚੇ ਹੋਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਸ਼ੁਰੂਆਤ 10 ਮਿੰਟਾਂ ਤੋਂ ਕਰੋ, 15 ਮਿੰਟਾਂ ਤੋਂ ਕਰੋ, ਪਰ ਕਰੋ ਜ਼ਰੂਰ। ਯੋਗਤਾ ਤੁਹਾਡੇ ਅੰਦਰ ਜਿੰਨੀ ਮਰਜ਼ੀ ਹੋਵੇ, ਪਰ ਇਕਾਗਰ ਚਿੱਤ ਹੋ ਕੇ ਹੀ ਤੁਸੀਂ ਕੋਈ ਮਹਾਨ ਕੰਮ ਕਰ ਸਕਦੇ। ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ, ਕਲਗੀਧਰ ਪਿਤਾ ਨੇ ਕਿੰਨੇ ਮਹੀਨੇ ਇਕਾਗਰ ਚਿੱਤ ਹੋ ਕੇ ਬੈਠੇ ਨੇ ਅੰਦਰ, ਫਿਰ ਖਾਲਸਾ ਪੰਥ ਸੱਚੇ। ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਕੁਰਬਾਨੀ ਕੀਤੀ, ਵੱਡਾ ਸਟੈਪ ਪੁੱਟਿਆ, ਕਿੰਨੇ ਸਾਲਾਂ ਦੀ ਕਾਕਰ ਚਿੱਤ ਹੋ ਕੇ ਉਹਨਾਂ ਦੀ ਬੰਦਗੀ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਪਿਓਰ ਨਾ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨਾ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣੋ, ਇਹ ਵੀ ਬੜੀ ਕੰਮ ਆਏਗੀ। ਵੱਡਾਪਨ ਉਹ ਗੁਣ ਹੈ ਜਿਹੜਾ ਅਹੁਦੇ ਨਾਲ ਨਹੀਂ ਮਿਲਦਾ, ਸੰਸਕਾਰਾਂ ਨਾਲ ਮਿਲਦਾ ਵੱਡਾਪਨ।
ਹੁਣ ਤੁਸੀਂ ਵੱਡਾਪਨ ਨੇ ਤੁਹਾਡੇ ਅੰਦਰ, ਵੱਡਾਪਨ ਕੀ ਹੁੰਦਾ? ਜਿਹੜਾ ਤੁਹਾਡੇ ਕੋਈ ਛੋਟਾ ਵੀ ਬਹਿ ਗਿਆ ਆਪਣੇ ਆਪ ਨੂੰ ਛੋਟਾ ਮਹਿਸੂਸ ਨਾ ਕਰੇ, ਇਹ ਵੱਡਾਪਨ ਹੁੰਦਾ। ਜੇ ਕੋਈ ਤੁਹਾਡੇ ਕੋਲ ਘੱਟ ਗੁਣਾਂ ਵਾਲਾ ਵੀ ਆ ਗਿਆ ਨਾ, ਤੁਸੀਂ ਉਹਨੂੰ ਮਾਣ ਓਦਾਂ ਹੀ ਦੇ ਰਹੇ ਜਿਵੇਂ ਵੱਡੇ ਗੁਣਾਂ ਵਾਲੇ ਨੂੰ ਦਿੰਦੇ, ਇਹ ਵੱਡਾਪਨ ਹੈ। ਵੱਡਾਪਨ ਪਿਆਰਿਓ ਅਹੁਦਿਆਂ ਨਾਲ ਨਹੀਂ ਆਉਂਦਾ। ਅਹੁਦਿਆਂ ਤੇ ਬਹਿਣ ਵਾਲੇ ਵੀ ਕਈ ਵਾਰੀ ਅੰਦਰੋਂ ਛੋਟੇਪਨ ਵਾਲੇ ਹੁੰਦੇ, ਵੱਡੇ ਅਹੁਦਿਆਂ ਦੇ ਬਹਿਣ ਵਾਲੇ ਅੰਦਰੋਂ ਛੋਟੇ ਹੀ ਹੁੰਦੇ ਨੇ ਕਈ, ਪਰ ਕਈ ਬੈਠੇ ਛੋਟੇ ਅਹੁਦਿਆਂ ਤੇ ਨੇ, ਅੰਦਰ ਵੱਡਾਪਨ ਬੜਾ ਹੁੰਦਾ। ਤੇ ਇਹ ਵੱਡਾਪਨ ਅਹੁਦਿਆਂ ਨਾਲ ਨਹੀਂ ਆਉਂਦਾ, ਮਿਲਦਾ ਸੰਸਕਾਰਾਂ ਨਾਲ। ਤੇ ਸੰਸਕਾਰ ਕਿੱਥੋਂ ਮਿਲਣਗੇ? ਜਦੋਂ ਸੰਗਤ ਕਰਾਂਗੇ, ਜਦੋਂ ਰੋਜ਼ ਬੱਪੂ ਨਾਨਕ ਦੀ, ਗੁਰੂ ਕਲਗੀਧਰ ਦੀ, ਆ ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਦੀ ਸੰਗਤ ਕਰਾਂਗੇ, ਸਾਨੂੰ ਚੰਗੇ ਸੰਸਕਾਰ ਮਿਲਣਗੇ। ਤੇ ਚੰਗੇ ਸੰਸਕਾਰ ਜਿਉਂ ਜਿਉਂ ਮਿਲਣਗੇ, ਤਿਉਂ ਤਿਉਂ ਵੱਡਾਪਨ ਸਾਡੇ ਅੰਦਰ ਵੀ ਆਈ ਜਾਏਗਾ। ਵੱਡਾਪਨ ਕੀ? ਜੇ ਕਿਸੇ ਨੇ ਗਲਤੀ ਕਰ ਲਈ, ਉਸੇ ਵੇਲੇ ਉਹਨੂੰ ਮਾਫ਼ ਕਰਤਾ, ਕੋਈ ਨਹੀਂ, ਕੋਈ ਗੱਲ ਨਹੀਂ। ਮੇਰਾ ਪੁੱਤ ਵੀ ਤੇ ਕਈ ਗਲਤੀਆਂ ਕਰਦਾ ਹੈ, ਤੇ ਜੇ ਇਹ ਮੇਰਾ ਸੰਗੀ, ਇਹਨੇ ਆਹ ਗਲਤੀ ਕੀਤੀ, ਜਿਵੇਂ ਪੁੱਤ ਦੀ ਗਲਤੀ ਮੈਂ ਬਖਸ਼ਦਾ, ਇਹਦੀ ਵੀ ਮੈਂ ਬਖਸ਼ਣੀ ਹੈ, ਇਹ ਵੱਡਾਪਨ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ। ਮੰਨ ਲਓ ਤੁਹਾਡੇ ਨਾਲ ਕਿਸੇ ਨੇ ਗਲਤੀ ਕਰ ਲਈ, ਤੁਹਾਡੇ ਨਾਲ ਉਹਨੂੰ ਉਸੇ ਵੇਲੇ ਬਖਸ਼ ਦਿੱਤਾ, ਇਹ ਵੱਡਾਪਨ। ਤੁਸੀਂ ਕਿਸੇ ਨਾਲ ਗਲਤੀ ਕਰ ਲਈ, ਉਹਦੇ ਕੋਲ ਜਾ ਕੇ ਮਾਫ਼ੀ ਮੰਗ ਲਈ ਉਸੇ ਵੇਲੇ, ਇਹ ਵੱਡਾਪਨ। ਇਹ ਵੱਡਾਪਨ ਅਹੁਦਿਆਂ ਨਾਲ ਨਹੀਂ ਆਏਗਾ, ਇਹ ਵੱਡਾਪਨ ਸੰਸਕਾਰਾਂ ਨਾਲ ਆਏਗਾ। ਤੇ ਸੰਸਕਾਰ ਮਿਲਣਗੇ ਜਦੋਂ ਨਿਤਾ ਪ੍ਰਤੀ ਅਸੀਂ ਸੰਗਤ ਕਰਾਂਗੇ। ਇਸੇ ਵਾਸਤੇ ਮੈਂ ਰੋਜ਼ ਢੰਡੋਰਾ ਦੇਣਾ, ਜੋ ਮਰਜ਼ੀ ਹੋ ਜੇ, 3 ਤੋਂ 4, ਰਾਤੀ 10 ਤੋਂ 11 PTC ਸਿਮਰਨ ਤੇ 3 ਵੇਲੇ ਸੰਗਤ ਕਰਿਆ ਕਰੋ, ਪੱਕੀ ਕਰਿਆ ਕਰੋ ਸੰਗਤ। ਇਹਦੇ ਨਾਲ ਏਡੀਆਂ ਬਖਸ਼ਿਸ਼ਾਂ ਵਰਤਣ ਲੱਗ ਪੈਣਗੀਆਂ, ਤੁਹਾਨੂੰ ਏਦਾਂ ਮਹਿਸੂਸ ਹੋਏਗਾ ਜਿਹੜਾ ਮੈਂ ਰੋਜ਼ ਕਹਿੰਦਾ ਨਾ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਤੁਹਾਨੂੰ ਆਪਣੇ ਨੇੜੇ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। ਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜੋ ਮਰਜ਼ੀ ਹੋ ਜੇ, ਰੂਟੀਨਾਂ ਛੱਡਣੀਆਂ ਨਹੀਂ। ਤੇ ਜਿਹੜੇ ਰੋਜ਼ ਜੁੜਦੇ ਹੋ, ਵੱਡਾ ਪੁੰਨ ਕਮਾਇਆ ਕਰੋ, ਦਸਾਂ ਦਸਾਂ ਨੂੰ ਜੋੜੋ, ਪਿੰਡਾਂ ਸ਼ਹਿਰਾਂ ਚ, ਨਗਰਾਂ ਚ, ਦੇਸ਼ਾਂ ਵਿਦੇਸ਼ਾਂ ਚ, ਜਿੱਥੇ ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦਾ, ਉਹਨੂੰ ਫੋਨ ਕਰਕੇ ਕਹੋ ਕੀਰਤਨ ਸੁਣਿਆ ਕਰ, ਜੁੜਿਆ ਕਰ, ਚੈਨਲ ਸਬਸਕ੍ਰਾਈਬ ਕੀਤਾ ਕਿ ਨਹੀਂ, ਤੇਰੇ ਤੱਕ ਲਿੰਕ ਆਉਣਗੇ, ਜੁੜ ਜੁੜ। 2 ਦਿਨਾਂ ਬਾਅਦ ਫਿਰ ਪੁੱਛੋ, ਸੁਣਨਾ ਸ਼ੁਰੂ ਕੀਤਾ? ਫਿਰ 1-2 ਦਿਨਾਂ ਬਾਅਦ ਫੋਨ ਕਰੋ, ਸੁਣਨਾ ਕਿ ਨਹੀਂ ਸੁਣਦਾ? ਇਹਦੇ ਨਾਲ ਹੋਏਗਾ ਪਤਾ ਕੀ, ਤੁਹਾਡੇ ਪੁੰਨ ਵੀ ਐਂ ਵਧਣ ਲੱਗ ਪੈਣਗੇ, ਤੂੰ ਟੁੱਟਿਆਂ ਨੂੰ ਜੋੜਨ ਦੀ ਸੇਵਾ ਕਰਨ ਲੱਗ ਪਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਗਲੀ ਗੱਲ ਸੁਣ ਲਓ, ਫਿਰ ਉਸ ਤੋਂ ਬਾਅਦ ਆਪਾਂ ਸ਼ਬਦ ਪੜਾਂਗੇ। ਗੱਡੀ 'ਚ ਬ੍ਰੇਕ ਨਾ ਹੋਵੇ ਤੇ ਦੁਰਘਟਨਾ ਨਿਸ਼ਚਿਤ, ਨਿਸ਼ਚਿਤ। ਗੱਡੀ ਦੇ ਵਿੱਚ ਬ੍ਰੇਕ ਨਹੀਂ, ਦੁਰਘਟਨਾ ਵਾਪਰੇਗੀ ਹੀ ਵਾਪਰੇਗੀ, ਨਿਸ਼ਚਿਤ ਦੁਰਘਟਨਾ ਹੋਣੀ। ਗੱਡੀ 'ਚ ਬ੍ਰੇਕ ਨਹੀਂ ਤੇ ਦੁਰਘਟਨਾ ਨਿਸ਼ਚਿਤ ਹੈ। ਜ਼ਿੰਦਗੀ ਦੇ ਵਿੱਚ ਜੇ ਸੰਸਕਾਰ ਤੇ ਮਰਿਆਦਾ ਨਹੀਂ, ਤੇ ਜੀਵਨ ਦਾ ਪਤਨ ਹੋਣਾ ਵੀ, ਜੀਵਨ ਦਾ ਨਾਸ਼ ਹੋਣਾ ਵੀ ਨਿਸ਼ਚਿਤ ਹੀ ਨਿਸ਼ਚਿਤ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜੇ ਜੀਵਨ 'ਚ ਸੰਸਕਾਰ ਨਹੀਂ, ਜੀਵਨ 'ਚ ਇੱਕ ਮਰਿਆਦਾ ਨਹੀਂ, ਤੇ ਫਿਰ ਅੱਜ ਨਹੀਂ ਤੇ ਕੱਲ ਇਹ ਜੀਵਨ ਦਾ ਪਤਨ ਹੋਏਗਾ ਹੀ ਹੋਏਗਾ। ਮਰਿਆਦਾ ਦੇ ਵਿੱਚ ਜੀਵਨ ਲਿਆਈਏ। ਮਰਿਆਦਾ ਕੀ? ਜੋ ਸਤਿਗੁਰਾਂ ਨੇ ਕਿਹਾ, ਉਹ 100 ਚੋਂ 100 ਪੈਸਾ ਨਹੀਂ ਮੰਨ ਸਕਦਾ, 10 ਪੈਸੇ ਮੰਨ ਲੈ, ਪਰ ਮਨ ਤੇ ਸਹੀ। ਸਕੂਲ ਵਿੱਚ ਬਹੇਗਾ, ਚੱਲ ਬਹੁਤੀ ਪੜ੍ਹਾਈ, ਫਸਟ ਨਹੀਂ ਆਇਆ, ਪਾਸ ਤੇ ਹੋ ਜਾ।
ਜੇ ਪਾਸ ਨਹੀਂ ਹੋ ਸਕਿਆ, ਮੰਨ ਲੈ ਜੇ ਕਲਾਸ ਵਿੱਚੋਂ ਫੇਲ ਹੋ ਗਿਆ, ਟੀਚਰ ਦਾ ਕੋਈ ਨਾ ਕੋਈ ਲਫ਼ਜ਼ ਤੇ ਕੰਨਾਂ 'ਚ ਪਿਆ ਹੀ ਹੋਊ, ਉਹਨੂੰ ਹੀ ਅਮਲ 'ਚ ਲੈ ਆ, ਉਹਨੂੰ ਹੀ ਮੰਨ ਲੈ। ਮਰਿਆਦਾ ਕੀ ਜੋ ਸਤਿਗੁਰਾਂ ਨੇ ਕਿਹਾ, ਥੋੜਾ ਥੋੜਾ ਉਸ ਮੁਤਾਬਕ ਅਸੀਂ ਚੱਲਣਾ ਸ਼ੁਰੂ ਕਰੀਏ। ਸੰਸਕਾਰ ਤੇ ਮਰਿਆਦਾ ਤੋਂ ਬਿਨਾਂ ਪਿਆਰਿਓ ਜੀਵਨ ਦਾ ਪਤਨ ਹੋ ਜਾਂਦਾ ਹੈ। ਸੰਸਕਾਰ ਵੀ ਸੰਗਤ ਚੋਂ ਮਿਲਣੇ ਨੇ, ਮਰਿਆਦਾ ਚ ਕਿਵੇਂ ਚੱਲਣਾ ਇਹ ਵੀ ਸੰਗਤ ਵਿੱਚ ਆ ਕੇ ਹੀ ਪਤਾ ਲੱਗਣਾ। ਇਸ ਕਰਕੇ ਜੋ ਮਰਜ਼ੀ ਹੋਵੇ, ਇਸ ਸੰਗਤ ਵਿੱਚ ਆਉਣ ਦੀਆਂ ਕਦੀ ਰੁਟੀਨਾਂ ਸੀ ਤੋੜਨੀਆਂ ਨੇ। ਜਿਹੜਾ ਜੋ ਮਰਜ਼ੀ ਕਹੀ ਚੱਲੇ, ਤੇਰੀ ਭਗਤ ਨਾ ਛੱਡੂ, ਭਾਵੇਂ ਲੋਕ ਹੱਸੇ, ਲੋਕ ਟਿਕਚਣਾ ਕਰਨ, ਮਜ਼ਾਕ ਕਰਨ, ਤੁਹਾਨੂੰ ਜੋ ਮਰਜ਼ੀ ਕਹਿਣ, ਉਹ ਮੈਂ ਤੇ ਆਪਣਾ ਰਾਹ ਨਹੀਂ ਛੱਡਣਾ ਤੇ ਤੇਰੇ ਗਲਤ ਰਸਤੇ ਮੈਂ ਆਉਣਾ ਨਹੀਂ। ਤੂੰ ਇੱਧਰ ਆ ਸਕਦੀ ਹੈ ਜਾਂ ਆ ਸਕਦਾ ਤੇ ਆ ਜਾ, ਪਰ ਤੇਰੇ ਨਾਲ ਮੇਰਾ ਵਾਸਤਾ ਉਦੋਂ ਹੀ ਹੈ ਜਦੋਂ ਤੂੰ ਆਹ ਮਾਰਗ ਤੇ ਤੁਰੇਂਗਾ। ਜੇ ਤੂੰ ਗਲਤ ਪ੍ਰੇਰਨਾ ਕਰਦੀ ਹੈ ਜਾਂ ਕਰਦਾ, ਕੋਈ ਵੀ ਤੁਹਾਡੀ ਸਹੇਲੀ ਹੈ, ਭੈਣ ਹੈ, ਬੰਦਿਆਂ ਦਾ ਮਿੱਤਰ ਹੈ, ਕੋਈ ਵੀ ਹੈ, ਇਹ ਮੇਰੀ ਬੇਨਤੀ ਹੈ, ਬੇਨਤੀ। ਜੋ ਮਰਜ਼ੀ ਹੋ ਜੇ, ਦੁਨੀਆ ਜੋ ਮਰਜ਼ੀ ਕਵੇ, ਅਸੀਂ ਆ ਸਤ ਸੰਗਤ ਦਾ ਕਿਹੜਾ ਨਹੀਂ ਛੱਡਣਾ। ਕਿਉਂਕਿ ਜਦੋਂ ਦਾ ਇਹ ਸਤ ਸੰਗਤ ਦਾ ਕਿਹੜਾ ਸਾਨੂੰ ਮਿਲਿਆ, ਦੱਸੋ ਗੁਰੂ ਦੀ ਨੇੜਤਾ ਵਧੀ ਕਿ ਨਹੀਂ ਵਧੀ? ਵਧੀ। ਮੈਨੂੰ ਹਜ਼ਾਰਾਂ ਪ੍ਰੇਮੀ ਮਿਲਦੇ ਨੇ, ਕਹਿੰਦੇ ਇੰਨੀਆਂ ਤਬਦੀਲੀਆਂ ਆ ਗਈਆਂ ਜੀਵਨ ਦੇ ਵਿੱਚ, ਇੰਨੀਆਂ ਤਬਦੀਲੀਆਂ ਆ ਗਈਆਂ ਕਿ ਅੱਗੇ ਮਨ ਡਿਗੂ ਡਿਗੂ ਕਰਦਾ ਸੀ, ਟੈਨਸ਼ਨ 'ਚ ਆ ਜਾਂਦਾ ਸੀ ਛੋਟੀ ਛੋਟੀ ਗੱਲ ਤੇ, ਹੁਣ ਬਸ ਇਹੋ ਹੀ ਕਹੀਦਾ ਕੋਈ ਨਹੀਂ, ਟੈਨਸ਼ਨ ਆ ਗਈ। ਟੈਨਸ਼ਨ ਵੱਡੀ ਨਹੀਂ, ਟੈਨਸ਼ਨਾਂ ਤੋਂ ਬਚਾਉਣ ਵਾਲਾ ਬਾਪੂ ਦੀਪ ਸਿੰਘ ਵੱਡਾ ਹੈ। ਕਹਿੰਦੇ ਇੰਨਾ ਹੌਸਲਾ ਹੋ ਜਾਂਦਾ, ਗੱਲ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਵਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਬੜੇ ਪਿਆਰ ਨਾਲ ਜਿਹੜਾ ਅੱਜ ਮੈਂ ਸ਼ਬਦ ਪੜ੍ਹਨਾ ਹੈ, ਭਾਈ ਗੁਰਦਾਸ ਜੀ ਦੀ ਪਿਆਰੀ ਮਿੱਠੀ ਰਸਨਾ ਤੋਂ ਨਿਕਲੇ ਹੋਏ ਇਹ ਬੜੇ ਪਿਆਰੇ ਬੋਲ ਨੇ। ਭਾਈ ਗੁਰਦਾਸ ਜੀ ਕਹਿੰਦੇ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਨੂਰ ਕਹਿੰਦੇ ਆ ਉਹ ਹੀ ਜਗ੍ਹਾ ਹੈ ਜਿੱਥੇ ਗੁਰੂ ਰਾਮਦਾਸ ਦਾ ਨੂਰ ਵਸਦਾ ਹੈ। ਇਹ ਸੰਗਤ ਉਹ ਜਗ੍ਹਾ ਹੈ ਜਿੱਥੇ ਆਪ ਪਰਮੇਸ਼ਰ ਚੌਂਕੜਾ ਮਾਰ ਕੇ ਬਹਿੰਦਾ ਹੈ। ਬੜੇ ਪਿਆਰ ਵਿੱਚ ਭਾਈ ਗੁਰਦਾਸ ਜੀ ਕੀ ਕਹਿ ਰਹੇ, ਸਾਰੀ ਸੰਗਤ ਪੜਿਓ, ਕੋਈ ਰਸਨਾ ਮੰਝੀ ਨਾ ਰਹੇ ਜੀ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਜਗਮਗ ਨੂਰ ਹੈ, ਜਗਮਗ ਨੂਰ ਹੈ।
ਪੜੋ ਜਗ ਮਗ ਨੋਰੇ ਹੈ ਜਗ ਮਗ ਨੋਰੇ ਹੈ ਸਾਰੇ ਸਾਧ ਸੰਗਤ ਅਸਥਾਨ ਜਗ ਮਗ ਨੋਰੇ ਸਾਧ ਸੰਗਤ ਅਸਥਾਨ ਜਗ ਮਗ ਨੋਰੇ ਹੈ ਜਗ ਮਗ ਨੋਰੇ ਹੈ ਜਗ ਮਗ ਸੰਗਤ ਅਸਥਾਨ ਜਗ ਮਗ ਨੋਰੇ ਹੈ ਸਾਧ ਸੰਗਤ ਅਸਥਾਨ ਜਗ ਮਗ ਨੋਰੇ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੇਵ ਸਿੰਘ ਜੀ ਤੁਸੀਂ ਸੰਗਤ ਵਿੱਚ ਹੀ ਵਸਦੇ ਹੋ ਤੁਹਾਡਾ ਨੂਰ ਜਿੰਨੇ ਦੇਖਣਾ ਉਹ ਸੰਗਤ ਨੂੰ ਵੇਖ ਲਵੇ ਤੁਹਾਡੇ ਦਰਸ਼ਨ ਜਿੰਨੇ ਕਰਨੇ ਸੰਗਤ ਦੇ ਦਰਸ਼ਨ ਕਰ ਲਵੇ ਤੁਸੀਂ ਕਿਤੇ ਸੰਗਤ ਤੋਂ ਦੂਰ ਨਹੀਂ ਆਖੋ ਧੰਨ ਗੁਰੂ ਰਾਮਦਾਸ ਗੁਰਮੂਰਤ ਕਰ ਧਿਆਨ ਸਦਾ ਹਜ਼ੂਰ ਹੈ ਗੁਰਮੂਰਤ ਕਰ ਧਿਆਨ ਸਦਾ ਹਜ਼ੂਰ ਹੈ ਗੁਰਮੁਖ ਸ਼ਬਦ ਗਿਆਨ ਨੇੜੇ ਨਾ ਦੂਰ ਹੈ ਨੇੜੇ ਨਾ ਦੂਰ ਹੈ ਨੇੜੇ ਨਾ ਸੰਗਤ ਅਸਥਾਨ ਜਗ ਮਗ ਨੋਰੇ ਹੈ ਸਾਰੇ
ਹਾਜ਼ਰੀ ਲਓ ਜੀ ਸਾਧ ਸੰਗਤ ਅਸਥਾਨ ਜਗ ਜਗਮਗਨੋਰੇ ਹੈ
ਦੇ ਸੰਗਤ ਹਸ ਥਾਨ ਜਗ ਮਗ ਬਾਬਾ ਦੀਪ
ਸਿੰਘ ਜੀ, ਬਾਬਾ ਦੀਪ ਸਿੰਘ ਜੀ, ਗੁਰਮੁਖ ਸੁਖ ਫਲ ਪਿਰਮ ਰਸ, ਗੁਰ ਸਿੱਖਾ ਸਤ ਗੁਰੂ ਪਿਆਰਾ, ਸਾਧ ਸੰਗਤ ਸੱਚ ਖੰਡ ਵਿੱਚ, ਸਤ ਗੁਰ ਪੁਰਖ ਵਸੇ ਨਿਰੰਕਾਰਾ, ਪਾਏ ਭਗਤ ਗੁਰੂ ਰੁਖ ਨਿਸਤਾਰਾ, ਸਾਧ ਸੰਗਤ ਸੱਚ ਖੰਡ ਵਿੱਚ, ਸਤ ਗੁਰ ਪੁਰਖ ਵਸੇ ਨਿਰੰਕਾਰਾ, ਸਾਧ ਸੰਗਤ ਅਸਥਾਨ ਜਗ ਮਗ ਨੂਰ ਹੈ, ਬੋਲੋ ਜਗ ਮਗ ਨੂਰ ਹੈ, ਸਾਰੇ ਬੋਲੋ ਜਗ ਮਗ ਨੂਰ ਹੈ, ਸਾਰੇ ਜਗ ਮਗ ਨੂਰ ਹੈ, ਪੂਰਾ ਸਤਿਗੁਰ ਜਾਣੀਏ, ਪੂਰੇ ਪੂਰਾ ਠਾਟ ਬਣਾਇਆ, ਪੂਰੇ ਪੂਰਾ ਸਾਧ ਸੰਗ, ਪੂਰੇ ਪੂਰਾ ਮੰਤਰ ਦਿਰਣਾਇਆ, ਕਿਹੜਾ ਮੰਤਰ, ਵਾਹਿਗੁਰੂ 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 ਜੀ, ਵਾਹਿਗੁਰੂ 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 ਵਾਹਿਗੁਰੂ, ਪੂਰੇ ਪੂਰਾ ਮੰਤਰ ਦਿਰਣਾਇਆ, ਪੂਰੇ ਪੂਰਾ ਬਿਰਮ ਰਸ, ਪੂਰਾ ਗੁਰਮੁਖ ਪੰਥ ਚਲਾਇਆ, ਕਿਹੜਾ ਪੰਥ, ਧਨ ਧਨ ਤੇਰਾ ਖਾਲਸਾ, ਧਨ ਧਨ ਤੇਰਾ ਖਾਲਸਾ, ਧਨ ਧਨ ਤੇਰਾ ਖਾਲਸਾ, ਧਨ ਧਨ ਤੇਰਾ ਖਾਲਸਾ, ਪੂਰਾ ਗੁਰਮੁਖ ਪੰਥ ਚਲਾਇਆ, ਪੂਰੇ ਪੂਰਾ ਦਰਸਨੋ, ਪੂਰੇ ਪੂਰਾ ਸ਼ਬਦ ਸੁਣਾਇਆ, ਪੂਰੇ ਪੂਰਾ ਪਹਿਣਾ, ਪੂਰੇ ਪੂਰਾ ਤਖਤ ਰਚਾਇਆ, ਸਾਧ ਸੰਗਤ ਸੱਚ ਖੰਡ ਹੈ, ਭਗਤ ਵਸਲ ਹੋਏ ਵਸਗਤ ਆਇਆ, ਜਗ ਮਗ ਨੂਰ ਹੈ, ਜਗ ਮਗ ਨੂਰ ਜਗਮਗ ਨੂਰ ਹੈ, ਜੀ ਜਗਮਗ ਨੂਰ ਹੈ, ਜਗਮਗ ਨੂਰ ਹੈ, ਜਗਮਗ ਨੂਰ ਹੈ, ਜਗਮਗ ਨੂਰ ਹੈ, ਸਾਧ ਸੰਗਤ ਸੱਚ ਖੰਡ ਹੈ, ਭਗਤ ਵਸਲ ਹੋਏ ਵਸਗਤ ਆਇਆ, ਸਾਧ ਸੰਗਤ ਸੱਚ ਨਾਉ, ਗੁਰ ਗਿਆਨ ਧਿਆਨ ਸਿੱਖਾਂ ਸਮਝਾਇਆ, ਗੁਰ ਚੇਲੇ ਪਰਚਾ ਪਰਚਾਇਆ, ਜੀ ਜਗ ਮਗ ਨੂਰ ਹੈ, ਓ ਜਗ ਮਗ ਨੂਰ ਹੈ, ਜਗ ਮਗ ਨੂਰ ਹੈ, ਜਗ ਮਗ ਨੂਰ ਹੈ, ਜੀ ਜਗ ਮਗ ਨੂਰ ਹੈ, ਜਗ ਮਗ ਨੂਰ ਹੈ, ਜਗ ਮਗ ਜਗਮਗ ਨੂਰ ਹੈ, ਸੰਗਤ ਵਿੱਚ ਕੀ ਦਾ ਜਗਮਗ ਨੂਰ ਹੈ,
ਦਾ ਨੂਰ ਵਸਦਾ ਹੈ। ਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਸੰਗਤ ਸੱਚ ਖੰਡ ਵਸਾਇਆ, ਗੁਰਸਿੱਖ ਲੈ ਗੁਰਸਿੱਖ ਹੋਏ, ਆਪ ਗਵਾਏ ਨਾ ਆਪ ਗਣਾਇਆ। ਜਗ ਮਗ ਨੂਰ ਹੈ, ਜਗ ਮਗ ਨੂਰ ਹੈ, ਪਾਰ ਪਰਮ ਗੁਰ ਸ਼ਬਦ ਹੈ, ਸਤਸੰਗ ਨਿਵਾਸੀ। ਸਾ ਸੰਗਤ ਸੱਚ ਖੰਡ ਹੈ, ਪਾਉ ਭਗਤ ਪਿਆਸੀ। ਚਉ ਵਰਣਾ ਉਪਦੇਸ਼ ਕਰ ਗੁਰਮਤ ਪਰਗਾਸੀ, ਪੈਰੀ ਪੈ ਪਾ ਖਾਕ ਖੋਏ ਗੁਰਮੁਖ ਰਹਿ ਰਾਸੀ। ਮਾਇਆ ਵਿੱਚ ਉਦਾਸ ਸਤ ਖੋਏ ਆਸ ਨਿਰਾਸੀ, ਸਾਧ ਸੰਗਤ ਸੱਚ ਖੰਡ ਖੈ ਪਾਉ ਭਗਤ ਭਿਆਸੀ। ਜਗ ਮਗ ਨੂਰ ਖੈ, ਜਗ ਮਗ ਨੂਰ ਖੈ, ਜਗ ਮਗ ਨੂਰ ਹੈ, ਜਗ ਮਗ ਨੂਰ ਹੈ। ਇੱਕ ਤੇ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੁਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ 9879-09004, 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ 'ਤੇ ਵੀ ਚੱਲਦਾ ਹੈ, ਭਾਵੇਂ ਉਹਨਾਂ ਨੰਬਰਾਂ 'ਤੇ ਸੰਪਰਕ ਕਰ ਲਿਓ, ਅਤੇ ਜਿਹੜਾ ਮੈਂ ਬੋਲਿਆ 9875609004, ਭਾਵੇਂ ਉਹਦੇ 'ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।